गुड मॉर्निंग पंजाबियों, एबीपी सांझा देख रहे सारे दर्शकों का स्वागत है। शुरुआत पंजाब दीआं खबरां तों करांगे। पंजाब कांग्रेस विचकार चल रही बगावत के दौरान पंजाब मामलों के इंचार्ज हरीश रावत ने कहा कि 2022 दीआं विधानसभा चोणां कैप्टन अमरिंदर सिंह की अगवाई हेठ लड़ियां जाणगियां, जिस तों बाद हुण कांग्रेसी विधायक प्रगट सिंह ने वड्डा बयान दिंदे होए कहा कि खड़गे कमेटी ने फैसला किया कि चोणां राहुल गांधी ते सोनिया गांधी की अगवाई हेठ लड़ियां जाणगियां। पर हुण हरीश रावत ने यह बयान क्यों दिता, यह तां उही दस सकदे ने। ते इस दे नाल ही उन्होंने नवजोत सिंह सिद्धू दे इट नाल इट खड़कौण दे बयान नूं लै के हरीश रावत वल इशारा कीता। ते उधर हरियाणा विच किसानां उत्ते होए लाठीचार्ज के विरोध विच अज पंजाब दे किसानां ने भी सूबे भर विच 2 घंटे चक्का जाम कीता। पंजाब कांग्रेस विच चल रही बगावत के दौरान हुण कांग्रेस विधायक प्रगट सिंह ने वड्डा बयान दिता है। उन्हें कहा कि जदों खड़गे कमेटी बनी सी, इस विच फैसला होया सी कि चोणां सोनिया गांधी ते राहुल गांधी की अगवाई हेठ लड़ियां जाणगियां। पर हुण हरीश रावत ही दस सकदे ने कि जे कैप्टन अमरिंदर सिंह की अगवाई विच चोणां लड़नियां ने ते इह फैसला कदों होया है। इस दे नाल ही प्रगट सिंह ने नवजोत सिंह सिद्धू दे इट नाल इट खड़कौण वाले बयान ते कहा कि मैनूं लगदा है कि इह बयान हरीश रावत नूं कहा गया है। एक बार मुड़ तो कैप्टन अमरिंदर सिंह ते वरदे हुए प्रगट सिंह ने कहा कि मैनूं अफसोस है कि कैप्टन अमरिंदर सिंह ने 4 तों 5 मुद्दियां दा हल हले तक नहीं कीता। देखो, वैसे तो बहुत सुलझे हुए साढ़े लीडर हैगे आ पंजाब दे इंचार्ज आ हरीश रावत जी, क्योंकि 2 महीने पहला ये जिहड़ी खड़गे कमेटी बनी सी जिहदे विच असीं सारे पेश भी होए सी, ते उदों इह डिसाइड होया सी भी इह जिहड़ियां चोणां हैगियां इह मिसेज सोनिया गांधी जी और राहुल गांधी जी की अगवाई विच लड़ियां जाणगियां। इह तां हुण रावत जी दस सकदे आ भी इह जिहड़ियां चोणां जिहड़ियां उह कैप्टन अमरिंदर सिंह दे जे उहनां दी अगवाई दे विच लड़नियां ते डिसीजन कदों होया, ते इस डिसीजन दा बेसिकली पंजाब दी जे कोई इदां दा डिसीजन होया इह तां रावत जी दस सकदे आ। पर मैनूं ऐ लगदा भी पंजाब दी राजनीति ते इस गल दा बहुत असर हुंदा हैगा। ਪ੍ਰਧਾਨ ਜੀ ਦਾ ਬਿਆਨ ਆਣਾ ਕਿ ਮੈਂ ਇੱਟ ਨਾ ਇੱਟ ਖੜਕਾ ਦੂੰਗਾ, ਨਹੀਂ ਇੱਟ ਨਾ ਇੱਟ ਖੜਕਾਉਣਾ, ਮੈਨੂੰ ਲੱਗਦਾ ਵੀ ਜਿਹੜੀ ਹਾਈ ਕਮਾਂਡ ਦੀ ਗੱਲ ਕੀਤੀ ਆ ਉਹਨਾਂ ਨੇ ਇਸ਼ਾਰਾ ਤਾਂ ਮੈਨੂੰ ਲੱਗਦਾ ਹਰੀਸ਼ ਰਾਵਤ ਹੋਣਾ ਨੂੰ ਕੀਤਾ ਹੈਗਾ, ਕਿਉਂਕਿ ਇਹ ਗੱਲ ਪੰਜਾਬੀਆਂ ਨੂੰ ਖਾਸ ਕਰਕੇ, ਕਿਉਂਕਿ ਜਦੋਂ ਇਹ ਖੜਗੇ ਕਮੇਟੀ ਦੀ ਰਿਪੋਰਟ ਆ ਗਈ ਆ ਕਿ ਤੁਸੀਂ ਜਿਹੜਾ ਇਹ ਅਗਵਾਈ ਜਿਹੜੀ ਆ ਉਹ ਮਿਸਿਸ ਸੋਨੀਆ ਗਾਂਧੀ ਦੀ ਔਰ ਰਾਹੁਲ ਗਾਂਧੀ ਦੀ ਥੱਲੇ ਹੋਊਗੀ, ਤਾਂ ਫਿਰ ਕੈਪਟਨ ਅਮਰਿੰਦਰ ਸਿੰਘ ਜੀ ਦੀ ਅਗਵਾਈ ਮੈਨੂੰ ਨਹੀਂ ਲੱਗਦਾ। ਇਹ ਤਾਂ ਹੁਣ ਜਿਹੜਾ ਇਹ ਤਾਂ ਬੇਸਿਕਲੀ ਹਰੀਸ਼ ਰਾਵਤ ਜੀ ਦੱਸ ਸਕਦੇ ਆ। ਦੇਖੋ, 2 ਧੜੇ ਕੋਈ ਨਹੀਂ ਹੈ, ਪਰ ਅਫਸੋਸ ਮੈਨੂੰ ਜ਼ਰੂਰ ਹੈ ਕੈਪਟਨ ਅਮਰਿੰਦਰ ਸਿੰਘ ਹੋਣਾ 'ਤੇ। ਮੈਂ ਸਮਝਦਾ ਕਿ ਬਹੁਤ ਮਚਿਓਰ ਲੀਡਰ ਔਰ 2017 'ਚ ਉਹਨਾਂ ਦੇ ਚਿਹਰੇ ਨੂੰ ਵੋਟਾਂ ਪਈਆਂ, ਪਰ ਕਿਤੇ ਨਾ ਕਿਤੇ 4.5 ਸਾਲ ਸਾਨੂੰ, ਮੈਨੂੰ ਤਾਂ ਐਟਲੀਸਟ 2.5 ਸਾਲ ਹੋ ਗਏ ਇਸ ਗੱਲ 'ਤੇ ਇਸ਼ੂਜ਼ ਦੇ ਖੜ੍ਹੇ ਨੂੰ, ਕਿਉਂਕਿ ਮੇਰਾ ਇਸ਼ੂਜ਼ ਦਾ ਗੱਲ ਹੈਗੀ ਆ, ਮੇਰੀ ਧੜੇ ਦੀ ਕਿਸੇ ਦੀ ਗੱਲ ਹੀ ਹੈ ਨਹੀਂ ਕੀ, ਅਤੇ ਨਾ ਕੋਈ ਧੜੇ ਹੈਗੇ ਆ, ਨਾ ਕੈਪਟਨ ਅਮਰਿੰਦਰ ਸਿੰਘ ਹੋਣਾ ਦਾ ਅਤੇ ਨਾ ਜਿਹੜਾ ਨਵਜੋਤ ਸਿੰਘ ਸਿੱਧੂ ਦਾ। ਲੇਕਿਨ ਜਿਹੜੇ 4-5 ਮੇਨ ਇਸ਼ੂਜ਼ ਹੈਗੇ ਆ, ਅੱਜ ਹੁਣ ਗੱਲ ਹੋ ਰਹੀ ਆ ਕਿ ਅਸੀਂ ਜਿਹੜੇ ਪਾਵਰ ਪਰਚੇਜ਼ ਐਗਰੀਮੈਂਟ ਹੈ ਉਹ ਕੈਂਸਲ ਕਰਨੇ ਆ। ਮੈਂ ਤਾਂ ਇਹ ਸਮਝਦਾ ਕਿ ਪੂਰੀ ਪਾਰਟੀ ਨੂੰ ਉਹਨਾਂ ਦੇ ਸਾਹਮਣੇ ਰੱਖ ਕੇ, ਤਾਂ ਕਿ ਇਦਾਂ ਦੀ ਅਸੀਂ ਪ੍ਰਕਿਰਿਆ 'ਚ ਨਾ ਫਸ ਜਾਈਏ ਜਿੱਦਾਂ ਦਾ ਸਾਡੇ ਨਾਲ ਜਿਹੜੇ ਬਰਗਾੜੀ ਵਾਲੇ ਇਸ਼ੂ ਹੈਗੇ ਆ ਉਹਨਾਂ 'ਤੇ ਹੋਇਆ ਹੈਗਾ। ਔਰ ਕੈਪਟਨ ਅਮਰਿੰਦਰ ਸਿੰਘ ਹੋਣਾ ਨੂੰ ਬੇਸਿਕਲੀ ਇਹਦੇ 'ਤੇ ਸੁਹਿਰਦਤਾ ਦੇ ਨਾਲ, ਕਿਉਂਕਿ ਜੇ ਦੇਖੋ ਜੇ 4.5 ਸਾਲ ਬਾਅਦ ਇਹ ਹੋ ਸਕਦਾ ਤਾਂ 4.5 ਸਾਲ ਪਹਿਲਾਂ ਕਿਉਂ ਨਹੀਂ। ਬੀਜੇਪੀ ਦੀ ਬੈਠਕ ਦਾ ਵਿਰੋਧ ਕਰ ਰਹੇ ਹਰਿਆਣਾ ਦੇ ਕਿਸਾਨਾਂ ਉੱਤੇ ਸ਼ਨੀਵਾਰ ਨੂੰ ਲਾਠੀਚਾਰਜ ਕੀਤਾ ਗਿਆ। ਕਰਨਾਲ ਦੇ ਵਸਤਾੜਾ ਟੋਲ ਪਲਾਜ਼ਾ ਉੱਤੇ ਕਿਸਾਨਾਂ ਨੂੰ ਬੁਰੀ ਤਰ੍ਹਾਂ ਮਾਰਿਆ ਗਿਆ, ਜਿਸ ਵਿੱਚ ਕਈ ਕਿਸਾਨ ਜ਼ਖਮੀ ਹੋਏ ਸੀ। ਜਿਸ ਦੇ ਵਿਰੋਧ ਵਿੱਚ ਅੱਜ ਪੰਜਾਬ ਭਰ ਦੇ ਕਿਸਾਨਾਂ ਨੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ ਸੂਬੇ ਭਰ ਵਿੱਚ 2 ਘੰਟੇ ਸੜਕੀ ਜਾਮ ਕੀਤਾ। ਦੁਪਹਿਰ 12 ਵਜੇ ਤੋਂ ਲੈ ਕੇ 2 ਵਜੇ ਤੱਕ ਕਿਸਾਨਾਂ ਵੱਲੋਂ ਸੜਕ ਜਾਮ ਕੀਤੀ ਗਈ। ਹੁਸ਼ਿਆਰਪੁਰ ਦੇ ਫਗਵਾੜਾ ਬਾਈਪਾਸ ਕਿਸਾਨ ਜਥੇਬੰਦੀਆਂ ਵੱਲੋਂ ਧਰਨਾ ਲਗਾਇਆ ਗਿਆ। ਇਸ ਦੌਰਾਨ ਜਦੋਂ ਫਗਵਾੜਾ ਵਿੱਚ ਅਕਾਲੀ ਬਸਪਾ ਦੀ ਰੈਲੀ ਵਿੱਚ ਸ਼ਾਮਲ ਹੋਣ ਜਾ ਰਹੇ ਟਾਂਡਾ ਦਸੂਹਾ ਮੁਕੇਰੀਆਂ ਦੇ ਵੱਡੇ ਕਾਫਲੇ ਨੂੰ ਕਿਸਾਨਾਂ ਨੇ ਰੋਕ ਲਿਆ। ਇਸ ਦੌਰਾਨ ਕਿਸਾਨਾਂ
ਅਤੇ ਅਕਾਲੀ ਬਸਪਾ ਵਰਕਰਾਂ ਵਿੱਚ ਧੱਕਾ ਮੁੱਕੀ ਵੀ ਹੋਈ ਜਿਸ ਦੇ ਬਾਅਦ ਅਕਾਲੀ ਬੀਐਸਪੀ ਲੀਡਰਾਂ ਨੂੰ ਆਪਣੇ ਕਾਫਲੇ ਦਾ ਰੁਖ ਦੂਜੇ ਪਾਸੇ ਮੋੜਨਾ ਪਿਆ ਤੇ ਉਧਰ ਸੰਗਰੂਰ ਵਿੱਚ ਭਵਾਨੀਗੜ੍ਹ ਸੁਨਾਮ ਲਹਿਰਾ ਗਾਗਾ ਤੇ ਦਿੜਬਾ ਵਿੱਚ ਕਿਸਾਨਾਂ ਨੇ ਜੰਮ ਕੇ ਖੱਟਰ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਤੇ 2 ਘੰਟੇ ਤੱਕ ਰੋਡ ਜਾਮ ਰੱਖਿਆ ਹਰਿਆਣਾ ਸਰਕਾਰ ਦਾ ਇਸ ਦੌਰਾਨ ਪੁਤਲਾ ਵੀ ਸਾੜਿਆ ਗਿਆ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਕਿਹਾ ਕਿ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਉੱਤੇ ਲਾਠੀਚਾਰਜ ਕਰਨ ਵਾਲੇ ਅਧਿਕਾਰੀਆਂ ਤੇ ਸਖ਼ਤ ਕਾਰਵਾਈ ਕੀਤੀ ਜਾਵੇ ਤੇ ਸਾਰਿਆਂ ਤੇ ਮਾਮਲਾ ਦਰਜ ਕੀਤਾ ਜਾਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 2022 ਵਿਧਾਨ ਸਭਾ ਚੋਣਾਂ ਦੇ ਲਈ 3 ਹੋਰ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਜਿਨ੍ਹਾਂ ਵਿੱਚੋਂ ਰਾਮਪੁਰਾ ਫੂਲ ਤੋਂ ਸਿਕੰਦਰ ਸਿੰਘ ਮੱਲੂਕਾ ਉਮੀਦਵਾਰ ਹੋਣਗੇ ਪ੍ਰਕਾਸ਼ ਸਿੰਘ ਭੱਟੀ ਬਠਿੰਡਾ ਦਿਹਾਤੀ ਤੋਂ ਉਮੀਦਵਾਰ ਐਲਾਨੇ ਗਏ ਨੇ ਤੇ ਇਸ ਦੇ ਨਾਲ ਹੀ ਦਰਸ਼ਨ ਸਿੰਘ ਕੋਟਫਤਾ ਭੁੱਚੋ ਮੰਡੀ ਤੋਂ ਉਮੀਦਵਾਰ ਹੋਣਗੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਦਲਜੀਤ ਸਿੰਘ ਚੀਮਾ ਨੇ ਟਵੀਟ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਇਸ ਤੋਂ ਪਹਿਲਾਂ ਵੀ ਸੁਖਬੀਰ ਸਿੰਘ ਬਾਦਲ ਪਾਰਟੀ ਦੇ ਲਈ ਕਈ ਹੋਰ ਉਮੀਦਵਾਰਾਂ ਦਾ ਐਲਾਨ ਕਰ ਚੁੱਕੇ ਨੇ ਜਿਨ੍ਹਾਂ ਵਿੱਚੋਂ ਹਾਲ ਹੀ ਵਿੱਚ ਬੀਜੇਪੀ ਤੋਂ ਅਕਾਲੀ ਦਲ ਵਿੱਚ ਸ਼ਾਮਲ ਹੋਏ ਅਨਿਲ ਜੋਸ਼ੀ ਨੂੰ ਵੀ ਅੰਮ੍ਰਿਤਸਰ ਉੱਤਰੀ ਤੋਂ ਉਮੀਦਵਾਰ ਐਲਾਨਿਆ ਗਿਆ ਹੈ 2022 ਵਿਧਾਨ ਸਭਾ ਚੋਣਾਂ ਦੇ ਲਈ ਇਸ ਵਾਰ ਅਕਾਲੀ ਦਲ ਤੇ ਬੀਐਸਪੀ ਗੱਠਜੋੜ ਚੋਣ ਲੜੇਗਾ ਇਸ ਦੇ ਨਾਲ ਹੀ ਸੁਖਬੀਰ ਸਿੰਘ ਬਾਦਲ ਪਹਿਲਾਂ ਇਹ ਵੀ ਐਲਾਨ ਕਰ ਚੁੱਕੇ ਨੇ ਜੇ ਕਿ 2022 ਵਿੱਚ ਉਹਨਾਂ ਦੀ ਸਰਕਾਰ ਬਣੀ ਤਾਂ ਡਿਪਟੀ ਸੀਐਮ ਦਲਿਤ ਭਾਈਚਾਰੇ ਤੋਂ ਹੋਵੇਗਾ ਰੁਕਦੇ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਬ੍ਰੇਕ ਦੇ ਉਸ ਪਾਰ ਪੈਰਾ ਓਲੰਪਿਕ ਖੇਡਾਂ ਵਿੱਚ ਆਇਆ ਭਾਰਤ ਦਾ ਪਹਿਲਾ ਮੈਡਲ ਟੋਕਿਓ ਪੈਰਾ ਓਲੰਪਿਕਸ ਵਿੱਚ ਭਾਰਤ ਦੇ 2 ਸਿਲਵਰ ਮੈਡਲ ਹੋ ਗਏ ਨੇ ਭਾਵੀਨਾ ਪਟੇਲ ਨੇ ਟੇਬਲ ਟੈਨਿਸ ਮੁਕਾਬਲੇ ਵਿੱਚ ਭਾਰਤ ਦੇ ਨਾਮ ਸਿਲਵਰ ਮੈਡਲ ਕੀਤਾ ਤੇ ਉਧਰ ਨਿਸ਼ਾਦ ਕੁਮਾਰ ਨੇ ਹਾਈ ਜੰਪ ਮੁਕਾਬਲੇ ਵਿੱਚ ਸਿਲਵਰ ਮੈਡਲ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ ਟੋਕਿਓ ਪੈਰਾ ਓਲੰਪਿਕਸ ਵਿੱਚ ਭਾਰਤ ਨੂੰ ਪਹਿਲਾ ਮੈਡਲ ਮਿਲ ਗਿਆ ਹੈ ਪੈਰਾਓਲੰਪਿਕ ਵਿੱਚ ਭਾਵੀਨਾ ਪਟੇਲ ਨੇ ਇਤਿਹਾਸ ਰਚ ਦਿੱਤਾ ਹੈ ਉਹਨਾਂ ਨੇ ਟੇਬਲ ਟੈਨਿਸ ਦੇ ਵਿਮੈਨ ਸਿੰਗਲਸ ਵਿੱਚ ਕਲਾਸ 4 ਦੀ ਕੈਟੇਗਰੀ ਵਿੱਚ ਭਾਰਤ ਨੂੰ ਪਹਿਲਾ ਮੈਡਲ ਦਿਲਾਇਆ ਫਾਈਨਲ ਵਿੱਚ ਭਾਵੀਨਾ ਦਾ ਮੁਕਾਬਲਾ ਵਰਲਡ ਨੰਬਰ 1 ਚੀਨੀ ਖਿਡਾਰੀ ਦੇ ਨਾਲ ਹੋਇਆ ਚੀਨੀ ਖਿਡਾਰੀ ਨੇ ਭਾਵੀਨਾ ਨੂੰ 11-7, 11-5 ਤੇ 11-6 ਦੇ ਨਾਲ ਹਰਾ ਕੇ ਗੋਲਡ ਜਿੱਤਿਆ ਭਾਵੀਨਾ ਨੇ ਸਿਲਵਰ ਮੈਡਲ ਹਾਸਲ ਕੀਤਾ ਹੈ ਔਰ ਟੇਬਲ ਟੈਨਿਸ ਵਿੱਚ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਖਿਡਾਰੀ ਬਣ ਗਈ ਹੈ ਹਾਲਾਂਕਿ ਭਾਵੀਨਾ ਦੇ ਕੋਲ ਗੋਲਡ ਜਿੱਤਣ ਦਾ ਮੌਕਾ ਸੀ ਪਰ ਫਾਈਨਲ ਵਿੱਚ ਚੀਨ ਦੀ ਖਿਡਾਰਨ ਨੇ ਉਹਨਾਂ ਨੂੰ ਸਿੱਧੇ ਗੇਮ ਵਿੱਚ ਮਾਤ ਦਿੱਤੀ ਹੈ 19 ਮਿੰਟ ਤੱਕ ਚੱਲੇ ਇਸ ਮੁਕਾਬਲੇ ਵਿੱਚ ਭਾਵੀਨਾ ਪਟੇਲ ਵਰਲਡ ਨੰਬਰ 1 ਨੂੰ ਸਖ਼ਤ ਟੱਕਰ ਦੇਣ ਵਿੱਚ ਕਾਮਯਾਬ ਨਹੀਂ ਹੋ ਸਕੀ ਭਾਵੀਨਾ ਪਟੇਲ ਦਾ ਟੋਕਿਓ ਪੈਰਾਓਲੰਪਿਕ ਵਿੱਚ ਸਫ਼ਰ ਬੇਹੱਦ ਹੀ ਸ਼ਾਨਦਾਰ ਰਿਹਾ ਭਾਵੀਨਾ ਪਟੇਲ ਨੇ ਆਪਣੇ ਪ੍ਰਦਰਸ਼ਨ ਨਾਲ ਸਾਰਿਆਂ ਨੂੰ ਪ੍ਰਭਾਵਿਤ ਕੀਤਾ ਵਰਲਡ ਰੈਂਕਿੰਗ ਵਿੱਚ ਨੰਬਰ 12 ਤੇ ਮੌਜੂਦ ਭਾਵੀਨਾ ਪਟੇਲ ਵੱਡੇ ਵੱਡੇ ਖਿਡਾਰੀਆਂ ਨੂੰ ਮਾਤ ਦੇ ਕੇ ਅੱਗੇ ਵਧੀ ਪ੍ਰੀ ਕੁਆਟਰ ਫਾਈਨਲ ਵਿੱਚ ਭਾਵੀਨਾ ਪਟੇਲ ਨੇ ਵਰਲਡ ਨੰਬਰ 8 ਖਿਡਾਰੀ ਨੂੰ ਮਾਤ ਦਿੱਤੀ ਹੈ ਕੁਆਟਰ ਫਾਈਨਲ ਅਤੇ ਸੈਮੀ ਫਾਈਨਲ ਵਿੱਚ ਵੀ ਭਾਵੀਨਾ ਪਟੇਲ ਨੇ ਕਮਾਲ ਕਰ ਦਿੱਤਾ ਜਿਸ ਤੋਂ ਬਾਅਦ ਹੁਣ ਭਾਵੀਨਾ ਪਟੇਲ ਨੇ ਭਾਰਤ ਦੇ ਲਈ ਟੋਕਿਓ ਪੈਰਾਓਲੰਪਿਕਸ ਵਿੱਚ ਸਿਲਵਰ ਮੈਡਲ ਪੱਕਾ ਕਰ ਦਿੱਤਾ ਭਾਵੀਨਾ ਪਟੇਲ ਦੇ ਇਤਿਹਾਸ ਰਚਣ ਤੋਂ ਬਾਅਦ ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਉਹਨਾਂ ਨੂੰ ਵਧਾਈ ਦਿੱਤੀ ਹੈ ਉਹਨਾਂ ਨੇ ਟਵੀਟ ਕਰ ਲਿਖਿਆ ਭਾਵੀਨਾ ਪਟੇਲ ਨੇ ਪੈਰਾਓਲੰਪਿਕ ਵਿੱਚ ਸਿਲਵਰ ਮੈਡਲ ਜਿੱਤਣ ਵਾਲੇ ਭਾਰਤੀ ਦਲ ਅਤੇ ਖੇਡ ਪ੍ਰੇਮੀਆਂ ਨੂੰ ਪ੍ਰੇਰਿਤ ਕੀਤਾ ਤੁਹਾਡੇ ਅਸਾਧਾਰਨ ਦ੍ਰਿੜ ਇਰਾਦੇ ਅਤੇ ਹੁਨਰ ਨੇ ਭਾਰਤ ਦਾ ਮਾਣ ਵਧਾਇਆ ਤੇ ਉਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੀ ਭਾਵੀਨਾ ਪਟੇਲ ਦੀ ਜਿੱਤ ਨੂੰ ਲੈ ਕੇ ਵਧਾਈ ਦਿੱਤੀ ਗਈ ਹੈ ਉਹਨਾਂ ਟਵੀਟ ਕਰ ਲਿਖਿਆ ਕਿ ਅਸਾਧਾਰਨ ਭਾਵੀਨਾ ਪਟੇਲ ਨੇ ਇਤਿਹਾਸ ਰਚ ਦਿੱਤਾ ਉਹਨਾਂ ਨੇ ਦੇਸ਼ ਦੇ ਲਈ ਇਤਿਹਾਸਿਕ ਸਿਲਵਰ ਮੈਡਲ ਜਿੱਤਿਆ ਉਹਨਾਂ ਦੀ ਜੀਵਨ ਯਾਤਰਾ ਪ੍ਰੇਰਣਾਦਾਇਕ ਹੈ ਤੇ ਉਹ ਨੌਜਵਾਨਾਂ ਨੂੰ ਖੇਡਣ ਵੱਲ ਆਕਰਸ਼ਿਤ ਕਰਨਗੀ ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੂਪਾਨੀ ਨੇ ਭਾਵੀਨਾ ਪਟੇਲ ਨੂੰ 3 ਕਰੋੜ ਰੁਪਏ ਇਨਾਮੀ ਰਾਸ਼ੀ ਦੇਣ ਦਾ ਐਲਾਨ ਕਰ ਦਿੱਤਾ ਭਾਵੀਨਾ ਪਟੇਲ ਗੁਜਰਾਤ ਦੇ ਮਹਿਸਾਣਾ ਜ਼ਿਲ੍ਹੇ ਦੀ ਰਹਿਣ ਵਾਲੀ ਹੈ ਤੇ ਉਹਨਾਂ ਦੇ ਜੱਦੀ ਪਿੰਡ ਸੁੰਦਿਆ ਵਿੱਚ ਜਿੱਤ ਉੱਤੇ ਜਸ਼ਨ ਦਾ ਮਾਹੌਲ ਹੈ ਪਰਿਵਾਰ ਵਾਲਿਆਂ ਨੇ ਤੇ ਦੋਸਤਾਂ ਨੇ ਜਿੱਤ ਦਾ ਜਸ਼ਨ ਪਾਰੰਪਰਿਕ ਗਰਬਾ ਕਰਕੇ ਤੇ ਪਟਾਕੇ ਚਲਾ ਕੇ ਤੇ ਇੱਕ ਦੂਜੇ ਨੂੰ ਰੰਗ ਲਗਾ ਕੇ ਮਨਾਇਆ ਭਾਵੀਨਾ ਦੇ ਪਿਤਾ ਨੇ ਬੇਟੀ ਦੀ ਜਿੱਤ ਤੋਂ ਬਾਅਦ ਕਿਹਾ ਕਿ ਭਾਵੀਨਾ ਬੇਸ਼ੱਕ ਅਪਾਹਜ ਹੈ ਪਰ ਉਹਨਾਂ ਨੇ ਉਸਨੂੰ ਕਦੇ ਇਸ ਤਰ੍ਹਾਂ ਨਹੀਂ ਦੇਖਿਆ ਉਹਨਾਂ ਕਿਹਾ ਕਿ ਉਹਨਾਂ ਨੂੰ ਬੇਹੱਦ ਖੁਸ਼ੀ ਹੈ ਕਿ ਉਸਨੇ ਦੇਸ਼ ਦੇ ਲਈ ਸਿਲਵਰ ਮੈਡਲ ਜਿੱਤੇ ਹੈ का नाम तो रोशन किया है अभी वो सिल्वर भले गोल्ड मेडल नहीं लेके आई अभी सिल्वर मेडल लेके आई है तो हमें संपूर्ण खुश है
टोक्यो विच खेडे जा रहे पैरालंपिक खेडां विच भारत दे निशात कुमार ने इतिहास रच दिता है। निशात कुमार ने टोक्यो पैरालंपिक 2020 विच शानदार प्रदर्शन करते हुए देश नूं इक होर मैडल दिलाया। उन्होंने हाई जंप विच सिल्वर मैडल हासिल किया। मैनस T47 हाई जंप विच निशात कुमार ने 2.6 मीटर की जंप के नाल एक होर सिल्वर मैडल भारत के नाम कर दिता है। निशात कुमार हिमाचल प्रदेश के ऊना के रहने वाले ने। उन्होंने पैरालंपिक खेडों की शुरुआत तो पहला बेंगलुरु के कोचिंग कैंप विच महीनों तक सख्त मेहनत की सी। पैरालंपिक स्पोर्ट्स की T47 कैटेगरी विच इहो जे अथलीट हिस्सा लेंदे ने जिन्हों का कोई एक हथ कोहनी तो थले कटिया हुंदा है। प्रधानमंत्री नरेंद्र मोदी ने आज 80वीं बार मन की बात प्रोग्राम के जरिए देश को संबोधन किया। इस दौरान उन्होंने खेडों से खासकर हॉकी का जिक्र करते हुए मेजर ध्यानचंद को याद किया। इस दौरान उन्होंने एक नवा नारा दिता, सारे खेलो ते सारे खिलो। मोदी ने कहा कि ओलंपिक ने इस बार प्रभाव पैदा किया ते हर परिवार विच खेड दी हुण चर्चा शुरू हो गई है। हम सबको पता है आज मेजर ध्यानचंद जी की जन्म जयंती है और हमारा देश उनकी स्मृति में इसे राष्ट्रीय खेल दिवस के रूप में मनाता भी है। मैं सोच रहा था कि शायद इस समय मेजर ध्यानचंद जी की आत्मा जहां भी होगी बहुत ही प्रसन्नता का अनुभव करती होगी, क्योंकि दुनिया में भारत की हॉकी का डंका बजाने का काम ध्यानचंद की हॉकी ने किया था और 4 दशक बाद करीब करीब 41 साल के बाद भारत के नौजवानों ने, बेटे और बेटियों ने हॉकी के अंदर फिर से जान भर दी। और कितने ही पदक क्यों न मिल जाए, जब तक हॉकी में पदक नहीं मिलता भारत का कोई भी नागरिक विजय का आनंद नहीं ले सकता है। और इस बार ओलंपिक में हॉकी का पदक मिला, 4 दशक के बाद मिला। आप कल्पना कर सकते हैं मेजर ध्यानचंद जी के दिल पर, उनकी आत्मा पर, वो जहां होंगे वहां कितनी प्रसन्नता होती होगी। और ध्यानचंद जी का पूरा जीवन खेल को समर्पित था और इसलिए आज जब हमें देश के नौजवानों में, हमारे बेटे बेटियों में खेल के प्रति जो आकर्षण नजर आ रहा है, माता पिता को भी बच्चे अगर खेल में आगे जा रहे हैं तो खुशी हो रही है। केरल विच कोरोना बेकाबू होंदा विख रहा है, जिस कारण पूरे देश विच कोरोना दी तीजी लहर दा संकट बढ़ रही है। लगातार चौथे दिन 40,000 तो ज्यादा कोरोना मामले दर्ज किए गए ने। पिछले 24 घंटे दौरान देश भर विच 45,000 तो ज्यादा नवे कोरोना केस आए ने ते 460 लोगों की जान चली गई है। हालांकि बीते दिन 35,000 तो ज्यादा लोग कोरोना तो ठीक भी हुए ने। यह लगातार चौथा दिन है जदों देश विच 40,000 तो ज्यादा कोरोना मामले आए ने। देश भर विच कोरोना मामले वधन दा मुख कारण केरल है। केरल विच लगातार चौथे दिन शनिवार नूं कोरोना वायरस के 30,000 तो ज्यादा मामले दर्ज किए गए ने। हुण तक पूरे देश विच कोरोना वायरस के कारण 4,37,800 तो ज्यादा लोगों की मौत हो चुकी है, जदों की हुण पूरे देश विच 3,68,000 तो ज्यादा लोगों का फिलहाल कोरोना इलाज चल रहा है। समय खोज छोटे जे ब्रेक दा, ब्रेक दे उस पर अफगानिस्तान तो जुड़िया अपडेट्स बारे जानांगे।